ਅੱਛਾ ਚੁੱਪ ਕਰ ਜਾਏ। ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ, ਮੈਂ ਸਰਪੰਚੀ ਦੀ ਚੋਣ ਪਿੰਡ ਬੈਂਕਾ ਤੋਂ ਲੜ ਰਿਹਾ ਵਾਂ। ਜਦੋਂ ਅੱਜ ਮੈਨੂੰ ਲਿਸਟਾਂ ਵੇਖੀਆਂ ਉਹਦੇ ਵਿੱਚ ਜਿਹੜਾ ਮੇਰੇ ਵਿਰੋਧ ਦੇ ਵਿੱਚ ਚੋਣ ਲੜ ਰਿਹਾ ਵਰਿੰਦਰ ਸਿੰਘ, ਉਹਦੀ ਪਿੰਡ ਬੈਂਕ ਦੀ ਵੋਟ ਹੀ ਨਹੀਂ ਹੈਗੀ, ਜਦਕਿ ਉਹਦੀ ਵੋਟ ਪਿੰਡ ਸੁੱਗਾ ਦੇ ਵਿੱਚ ਅਤੇ ਬੈਂਕਾ ਖੁਰਦ ਦੇ ਵਿੱਚ ਵੋਟ ਹੈਗੀ ਆ, ਡਬਲ ਵੋਟ ਆ। ਪਹਿਲਾਂ ਤਾਂ 420 ਇੱਥੇ ਹੋ ਗਈ, ਫਿਰ ਉਹਨੇ 420 ਕਰਤੀ ਹੈ ਜਦੋਂ ਬੈਂਕ 'ਚ ਕਾਗਜ਼ ਭਰੇ ਆ, ਉੱਥੇ ਦੀ ਵੋਟ ਹੀ ਨਹੀਂ ਹੈਗੀ। ਮੈਨੂੰ ਇੱਕ ਗੱਲ ਪ੍ਰਸ਼ਾਸਨ ਦੱਸੇ ਕਿ ਜਦੋਂ ਉਹਦੀ ਫਾਈਲ ਚੈੱਕ ਕੀਤੀ ਗਈ ਆ, ਉਹਨੂੰ ਚੋਣ ਨਿਸ਼ਾਨ ਕਿਵੇਂ ਲੜ ਕੀਤਾ, ਕਿਸ ਨੇ ਉਹਦੇ ਫਾਈਲ ਚੈੱਕ ਕੀਤੀ ਆ, ਉਹਦਾ ਬਿਲਕੁਲ ਉੱਥੇ ਜਦੋਂ ਆਪਾਂ ਨੋਮੀਨੇਸ਼ਨ ਦਾਖਲ ਕਰਦੇ ਹਾਂ ਉਹਦੇ ਵਿੱਚ ਆਪਣੀ ਲਿਸਟ ਲੱਗਦੀ ਆ ਨਾਲ, ਪਰ ਉਹ ਲਿਸਟ ਕਿਹੜੇ ਪਿੰਡ ਦੀ ਲੱਗ ਗਈ, ਉਹ ਅੱਜ ਉਹਨੂੰ ਚੋਣ ਨਿਸ਼ਾਨ ਲੈਟ ਹੋ ਗਿਆ ਵਾ। ਮੈਂ SDM ਸਾਹਿਬ ਨੂੰ ਫੋਨ ਕੀਤਾ ਕਿ ਸਰ ਆਹ ਕੰਮ ਹੋਇਆ ਵਾ, ਉਹ ਕਹਿੰਦੇ ਜੀ ਤੁਸੀਂ ਲੇਟ ਹੋ ਗਏ। ਹੁਣ ਜਦੋਂ ਮੈਨੂੰ ਲਿਸਟਾਂ ਹੀ ਅੱਜ ਮਿਲੀਆਂ ਨੇ, ਜਦੋਂ ਮੈਂ ਦੇਖਿਆ ਅੱਜ, ਤਾਂ ਫਿਰ ਉਦੋਂ ਹੀ ਕਹੂੰਗਾ ਮੈਂ ਪਹਿਲਾਂ ਉਸ ਤਰ੍ਹਾਂ ਕਵਾਂ ਕਰਦਾ। ਉਸ ਤੋਂ ਬਾਅਦ ਇੱਕ ਆ ਬਲਵੀਰ ਸਿੰਘ ਆ, ਬਲਸੀਰ ਸਿੰਘ, ਬਲਰਾਜ ਸਿੰਘ, ਬਲਜਿੰਦਰ ਸਿੰਘ, ਇਹ ਆਊਟਸਾਈਡਰ ਭਿੱਖੀ ਪਿੰਡ, ਇਹਨਾਂ ਦੀਆਂ ਵੋਟਾਂ ਨੇ। ਉਸ ਤੋਂ ਇਲਾਵਾ ਇਹਨਾਂ ਦੀਆਂ ਵੋਟਾਂ ਕੀ ਆ, ਪਿੰਡ ਬੈਂਕ ਦੇ ਵਸਨੀਕ ਨਹੀਂ ਹੈ, ਜਾਂ ਉਸ ਤੋਂ ਇਲਾਵਾ ਇਹਨਾਂ ਦੀਆਂ ਵੋਟਾਂ ਬੈਂਕ ਖੁਰਦ ਦੇ ਵਿੱਚ ਆ ਜੀ, ਬੈਂਕ ਖੁਰਦ ਜਿਹਨਾਂ ਦੀਆਂ ਵੋਟਾਂ ਨੇ ਭਿੱਖੀ ਪਿੰਡ, ਇਹ ਆਊਟਸਾਈਡਰ ਆ ਸਾਰੇ ਬੰਦੇ, ਇਹਨਾਂ ਤੋਂ ਮੈਨੂੰ ਜਾਣ ਨੂੰ ਖਤਰਾ ਵਾ। ਇਹ ਅਣਪਛਾਤੇ ਰਾਤ ਬੰਦੇ ਲੈ ਕੇ ਘੁੰਮਦੇ ਆ, ਕੀਤਾ ਕੌਣ ਆ ਬੰਦੇ, ਕਹਿੰਦੇ ਨਹੀਂ ਬੰਦੇ, ਰਾਤ ਵੀ 11 ਵਜੇ ਤੱਕ ਇਹ ਨੰਗੇ ਦਾਤਰ ਲੈ ਕੇ ਸਾਰੇ ਪਿੰਡ 'ਚ ਘੁੰਮਦੇ ਆ। ਮੈਂ ਉਮੀਦਵਾਰ ਆ, ਮੈਂ ਸੇਫ ਹੀ ਨਹੀਂ ਆ, ਤੇ ਜਿਹੜੇ ਆਊਟਸਾਈਡਰ ਆ ਉਹ ਆਣ ਕੇ ਘੁੰਮ ਰਹੇ ਆ, ਜਦ ਕਿ ਇਹਨਾਂ ਨੂੰ 13 ਤਰੀਕ ਨੂੰ ਬਾਹਰ ਹੋ ਜਾਣਾ ਚਾਹੀਦਾ ਸੀ। ਮੈਂ DSP ਸਾਹਿਬ ਨੂੰ ਰਿਕੁਐਸਟ ਕਰ ਚੁੱਕਾ ਹਾਂ ਕਿ ਸਾਰੇ ਇਹਨਾਂ ਨੂੰ ਬਾਹਰ ਕਰੋ, ਪਰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਇਹ ਬੰਦੇ ਅੱਜ ਕਿਰਪਾਨ ਲੈ ਕੇ ਮੇਰੇ ਦਾਲੇ ਘੁੰਮ ਰਹੇ ਨੇ, ਇਸ ਕਰਕੇ ਮੇਰੀ ਜਾਨ ਨੂੰ ਖਤਰਾ ਵਾ। ਜੇ ਮੇਰੇ ਕੱਲ ਨੂੰ ਕੋਈ ਮੇਰੀ ਜਾਨ ਵਾਲ ਦਾ ਨੁਕਸਾਨ ਹੁੰਦਾ ਵਾ ਤੇ ਪੁਲਿਸ ਪ੍ਰਸ਼ਾਸਨ ਦਾ ਜ਼ਿੰਮੇਵਾਰ ਹੋਵੇਗਾ। ਡਬਲ ਬੋਰਡ ਦਾ ਜਿਹੜੀ ਉਮੀਦਵਾਰੀ ਰੱਦ ਕੀਤੀ ਜਾਵੇ, ਇਹਨੂੰ ਚੋਣ ਲੜਨ ਦਾ ਅਧਿਕਾਰ ਹੀ ਨਹੀਂ ਗਾ, ਕਿਉਂਕਿ ਇਹਨੇ ਤੇ ਬਹੁਤ ਵੱਡਾ ਫਰੌਡ ਕਰਤਾ ਵਾ। ਉਸ ਤੋਂ ਬਾਅਦ ਜਿਹੜੀ ਕਾਰਵਾਈ ਉਹ ਅਫਸਰਾਂ ਤੇ ਹੋਵੇ, ਜਿਨ੍ਹਾਂ ਨੇ ਇਹਦੇ ਨੋਮੀਨੇਸ਼ਨ ਜਿਹੜੇ ਆ ਉਹ ਲਏ ਆ, ਸਹੀ ਪਾਏ ਆ, ਇਹਨੂੰ ਚੋਣ ਨਿਸ਼ਾਨ ਲੈਟ ਕਰਤਾ ਵਾ, ਬਿਨ ਜਾਂਚੇ ਵਾਕੇ ਫੈਲ ਨੂੰ ਇਸ ਮਾਮਲੇ ਤੁਸੀਂ ਲੈ ਜਾਓਗੇ? ਬਿਲਕੁਲ ਜੀ, ਜੇ ਤਾਂ ਜੇ ਅੱਜ ਮੇਰੀ ਰਾਤ ਤੱਕ ਪ੍ਰਸ਼ਾਸਨ ਨੇ ਇਹਦਾ ਹੱਲ ਨਹੀਂ ਕੀਤਾ, ਇਹਦੀ ਉਮੀਦਵਾਰ ਰੱਦ ਨਾ ਕੀਤੀ, ਤੇ ਮੈਂ ਮਾਨਜੋ ਹਾਈਕੋਰਟ ਦੇ ਵਿੱਚ ਜਾ ਕੇ ਇਸ ਗੁਆਰ ਲਵਾਂਗੇ ਜੀ। ਚੁੱਪ ਕਰ ਜਾਏ। ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ, ਮੈਂ ਸਰਪੰਚੀ ਦੀ ਚੋਣ ਪਿੰਡ ਬੈਂਕਾ ਤੋਂ ਲੜ ਰਿਹਾ ਵਾਂ। ਜਦੋਂ ਅੱਜ ਮੈਨੂੰ ਲਿਸਟਾਂ ਵੇਖੀਆਂ ਉਹਦੇ ਵਿੱਚ ਜਿਹੜਾ ਮੇਰੇ ਵਿਰੋਧ ਦੇ ਵਿੱਚ ਚੋਣ ਲੜ ਰਿਹਾ ਵਰਿੰਦਰ ਸਿੰਘ, ਉਹਦੀ ਪਿੰਡ ਬੈਂਕ ਦੀ ਵੋਟ ਹੀ ਨਹੀਂ ਹੈਗੀ, ਜਦਕਿ ਉਹਦੀ ਵੋਟ ਪਿੰਡ ਸੁੱਗਾ ਦੇ ਵਿੱਚ ਅਤੇ ਬੈਂਕਾ ਖੁਰਦ ਦੇ ਵਿੱਚ ਵੋਟ ਹੈਗੀ ਆ, ਡਬਲ ਵੋਟ ਆ। ਪਹਿਲਾਂ ਤਾਂ 420 ਇੱਥੇ ਹੋ ਗਈ, ਫਿਰ ਉਹਨੇ 420 ਕਰਤੀ ਹੈ ਜਦੋਂ ਬੈਂਕ 'ਚ ਕਾਗਜ਼ ਭਰੇ ਆ, ਉੱਥੇ ਦੀ ਵੋਟ ਹੀ ਨਹੀਂ ਹੈਗੀ। ਮੈਨੂੰ ਇੱਕ ਗੱਲ ਪ੍ਰਸ਼ਾਸਨ ਦੱਸੇ ਕਿ ਜਦੋਂ ਉਹਦੀ ਫਾਈਲ ਚੈੱਕ ਕੀਤੀ ਗਈ ਆ, ਉਹਨੂੰ ਚੋਣ ਨਿਸ਼ਾਨ ਕਿਵੇਂ ਲੜ ਕੀਤਾ, ਕਿਸ ਨੇ ਉਹਦੇ ਫਾਈਲ ਚੈੱਕ ਕੀਤੀ ਆ, ਉਹਦਾ ਬਿਲਕੁਲ ਉੱਥੇ ਜਦੋਂ ਆਪਾਂ ਨੋਮੀਨੇਸ਼ਨ ਦਾਖਲ ਕਰਦੇ ਹਾਂ ਉਹਦੇ ਵਿੱਚ ਆਪਣੀ ਲਿਸਟ ਲੱਗਦੀ ਆ ਨਾਲ, ਪਰ ਉਹ ਲਿਸਟ ਕਿਹੜੇ ਪਿੰਡ ਦੀ ਲੱਗ ਗਈ, ਉਹ ਅੱਜ ਉਹਨੂੰ ਚੋਣ ਨਿਸ਼ਾਨ ਲੈਟ ਹੋ ਗਿਆ ਵਾ। ਮੈਂ SDM ਸਾਹਿਬ ਨੂੰ ਫੋਨ ਕੀਤਾ ਕਿ ਸਰ ਆਹ ਕੰਮ ਹੋਇਆ ਵਾ, ਉਹ ਕਹਿੰਦੇ ਜੀ ਤੁਸੀਂ ਲੇਟ ਹੋ ਗਏ। ਹੁਣ ਜਦੋਂ ਮੈਨੂੰ ਲਿਸਟਾਂ ਹੀ ਅੱਜ ਮਿਲੀਆਂ ਨੇ, ਜਦੋਂ ਮੈਂ ਦੇਖਿਆ ਅੱਜ, ਤਾਂ ਫਿਰ ਉਦੋਂ ਹੀ ਕਹੂੰਗਾ ਮੈਂ ਪਹਿਲਾਂ ਉਸ ਤਰ੍ਹਾਂ ਕਵਾਂ ਕਰਦਾ। ਉਸ ਤੋਂ ਬਾਅਦ ਇੱਕ ਆ ਬਲਵੀਰ ਸਿੰਘ ਆ, ਬਲਸੀਰ ਸਿੰਘ, ਬਲਰਾਜ ਸਿੰਘ, ਬਲਜਿੰਦਰ ਸਿੰਘ, ਇਹ ਆਊਟਸਾਈਡਰ ਭਿੱਖੀ ਪਿੰਡ, ਇਹਨਾਂ ਦੀਆਂ ਵੋਟਾਂ ਨੇ। ਉਸ ਤੋਂ ਇਲਾਵਾ ਇਹਨਾਂ ਦੀਆਂ ਵੋਟਾਂ ਕੀ ਆ, ਪਿੰਡ ਬੈਂਕ ਦੇ ਵਸਨੀਕ ਨਹੀਂ ਹੈ, ਜਾਂ ਉਸ ਤੋਂ ਇਲਾਵਾ ਇਹਨਾਂ ਦੀਆਂ ਵੋਟਾਂ ਬੈਂਕ ਖੁਰਦ ਦੇ ਵਿੱਚ ਆ ਜੀ, ਬੈਂਕ ਖੁਰਦ ਜਿਹਨਾਂ ਦੀਆਂ ਵੋਟਾਂ ਨੇ ਭਿੱਖੀ ਪਿੰਡ, ਇਹ ਆਊਟਸਾਈਡਰ ਆ ਸਾਰੇ ਬੰਦੇ, ਇਹਨਾਂ ਤੋਂ ਮੈਨੂੰ ਜਾਣ ਨੂੰ ਖਤਰਾ ਵਾ। ਇਹ ਅਣਪਛਾਤੇ ਰਾਤ ਬੰਦੇ ਲੈ ਕੇ ਘੁੰਮਦੇ ਆ, ਕੀਤਾ ਕੌਣ ਆ ਬੰਦੇ, ਕਹਿੰਦੇ ਨਹੀਂ ਬੰਦੇ, ਰਾਤ ਵੀ 11 ਵਜੇ ਤੱਕ ਇਹ ਨੰਗੇ ਦਾਤਰ ਲੈ ਕੇ ਸਾਰੇ ਪਿੰਡ 'ਚ ਘੁੰਮਦੇ ਆ। ਮੈਂ ਉਮੀਦਵਾਰ ਆ, ਮੈਂ ਸੇਫ ਹੀ ਨਹੀਂ ਆ, ਤੇ ਜਿਹੜੇ ਆਊਟਸਾਈਡਰ ਆ ਉਹ ਆਣ ਕੇ ਘੁੰਮ ਰਹੇ ਆ, ਜਦ ਕਿ ਇਹਨਾਂ ਨੂੰ 13 ਤਰੀਕ ਨੂੰ ਬਾਹਰ ਹੋ ਜਾਣਾ ਚਾਹੀਦਾ ਸੀ। ਮੈਂ DSP ਸਾਹਿਬ ਨੂੰ ਰਿਕੁਐਸਟ ਕਰ ਚੁੱਕਾ ਹਾਂ ਕਿ ਸਾਰੇ ਇਹਨਾਂ ਨੂੰ ਬਾਹਰ ਕਰੋ, ਪਰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਇਹ ਬੰਦੇ ਅੱਜ ਕਿਰਪਾਨ ਲੈ ਕੇ ਮੇਰੇ ਦਾਲੇ ਘੁੰਮ ਰਹੇ ਨੇ, ਇਸ ਕਰਕੇ ਮੇਰੀ ਜਾਨ ਨੂੰ ਖਤਰਾ ਵਾ। ਜੇ ਮੇਰੇ ਕੱਲ ਨੂੰ ਕੋਈ ਮੇਰੀ ਜਾਨ ਵਾਲ ਦਾ ਨੁਕਸਾਨ ਹੁੰਦਾ ਵਾ ਤੇ ਪੁਲਿਸ ਪ੍ਰਸ਼ਾਸਨ ਦਾ ਜ਼ਿੰਮੇਵਾਰ ਹੋਵੇਗਾ। ਡਬਲ ਬੋਰਡ ਦਾ ਜਿਹੜੀ ਉਮੀਦਵਾਰੀ ਰੱਦ ਕੀਤੀ ਜਾਵੇ, ਇਹਨੂੰ ਚੋਣ ਲੜਨ ਦਾ ਅਧਿਕਾਰ ਹੀ ਨਹੀਂ ਗਾ, ਕਿਉਂਕਿ ਇਹਨੇ ਤੇ ਬਹੁਤ ਵੱਡਾ ਫਰੌਡ ਕਰਤਾ ਵਾ। ਉਸ ਤੋਂ ਬਾਅਦ ਜਿਹੜੀ ਕਾਰਵਾਈ ਉਹ ਅਫਸਰਾਂ ਤੇ ਹੋਵੇ, ਜਿਨ੍ਹਾਂ ਨੇ ਇਹਦੇ ਨੋਮੀਨੇਸ਼ਨ ਜਿਹੜੇ ਆ ਉਹ ਲਏ ਆ, ਸਹੀ ਪਾਏ ਆ, ਇਹਨੂੰ ਚੋਣ ਨਿਸ਼ਾਨ ਲੈਟ ਕਰਤਾ ਵਾ, ਬਿਨ ਜਾਂਚੇ ਵਾਕੇ ਫੈਲ ਨੂੰ ਇਸ ਮਾਮਲੇ ਤੁਸੀਂ ਲੈ ਜਾਓਗੇ? ਬਿਲਕੁਲ ਜੀ, ਜੇ ਤਾਂ ਜੇ ਅੱਜ ਮੇਰੀ ਰਾਤ ਤੱਕ ਪ੍ਰਸ਼ਾਸਨ ਨੇ ਇਹਦਾ ਹੱਲ ਨਹੀਂ ਕੀਤਾ, ਇਹਦੀ ਉਮੀਦਵਾਰ ਰੱਦ ਨਾ ਕੀਤੀ, ਤਾਂ ਮੈਂ ਮਾਨਜੋ ਹਾਈਕੋਰਟ ਦੇ ਵਿੱਚ ਜਾ ਕੇ ਇਸ ਗੁਆਰ ਲਵਾਂਗੇ ਜੀ।